ਤਰਨਤਾਰਨ ਦੇ ਪਿੰਡ ਸਬਰਾ ਦੇ ਵਿੱਚ ਇੱਕ ਨੌਜਵਾਨ ਦਾ ਅੱਜ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪਿੰਡ ਦੇ ਹੀ ਨੌਜਵਾਨਾਂ ਨੇ ਦਰਅਸਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਾਮੂਲੀ ਤਕਰਾਰ ਤੋਂ ਬਾਅਦ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਦੇ ਹੀ ਲੋਕਾਂ ਦੇ ਉੱਪਰ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਇਸ ਸਾਰੀ ਵਾਰਦਾਤ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਗੱਡੀ ਚੋਂ ਖਿੱਚ ਕੇ ਇਹ ਘਰੇ ਲੈ ਗਿਆ ਤੇ ਘਰੇ ਜਾ ਕੇ ਇਹਨਾਂ ਨੇ ਮਤਲਬ ਕਿ ਸਾਰਾ ਪਰਿਵਾਰ ਪੈ ਗਿਆ। ਦੋਵੇਂ ਇਹ ਪਿਓ ਦੋਵੇਂ ਭਰਾ ਵਾ ਅਤੇ ਇੱਕ ਇਹਨਾਂ ਦਾ ਹੈਗਾ ਵਾ ਫਾਦਰ ਸਾਹਿਬ ਪਿਆਰਾ ਸਿੰਘ ਅਤੇ ਦੋ ਇਹਨਾਂ ਦੀਆਂ ਜਨਾਨੀਆਂ ਇਹਨਾਂ ਪੰਜਾਂ ਨੇ ਰਲ ਕੇ ਜਿਹੜਾ ਸਾਡਾ ਭਰਾ ਮਾਰਤਾ ਪੁਲਿਸ ਨੂੰ ਤਲਾਹ ਦਿੱਤੀ ਆ ਅਤੇ ਪਰ ਪੁਲਿਸ ਸਾਡੀ ਅਜੇ ਕੋਈ ਸੁਣਵਾਈ ਨਹੀਂ ਕੋਈ ਕਰਨ ਦੀ। ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਜਿਹੜਾ ਮੁੜ ਕੇ ਕਿਤੇ ਰਾਤ ਨੂੰ ਲੰਘਣ ਦਿਆ ਕਿਤੇ ਆਇਆ ਉਹ ਪਤਾ ਨਹੀਂ ਕੋਈ ਕੰਮ ਕਾਰ ਆਪਦੇ ਵੀ ਹੁੰਦੇ ਘਰਾਂ ਸਾਨੂੰ ਪਤਾ ਜੱਟਾਂ ਕਿਤੇ ਬਾਹਰ ਕਿਤੇ ਅੰਦਰ ਕੋਈ ਡੰਗਰ ਕੋਈ ਬੱਚੇ ਦਾ ਇਹ ਖਿੱਚੇ ਘਰੇ ਲਿਜਾ ਕੇ ਇਹਨਾਂ ਚਾਰੇ ਪੰਜਾਂ ਜਾਣਿਆਂ ਨੇ ਦੋ ਗੁਰਦਾਸ ਸਿੰਘ ਪਿਆਰਾ ਸਿੰਘ ਰਾਮ ਸਿੰਘ ਉਹਨਾਂ ਦੀਆਂ ਦੋਵੇਂ ਘਰਦੀਆਂ ਨੇ ਅਤੇ ਨਾਲ ਦੋ ਗੁੱਡੀਆਂ ਉਹਨਾਂ ਨੇ ਖਿੱਚ ਕੇ ਸੱਟ ਮਾਰ ਕੇ ਅਤੇ ਮਾਰਤਾ। ਮੁੜ ਕੇ ਅਸੀਂ ਇਹਨਾਂ ਨੂੰ ਘਰੋਂ ਚੁੱਕਣ ਗਏ ਹਾਂ ਸਾਨੂੰ ਇਹਨਾਂ ਚੁੱਕਣ ਨਹੀਂ ਦਿੱਤਾ। ਨਾਲ ਠੇਕੇਦਾਰ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਨਹੀਂ ਚੁੱਕਣ ਦੇਣਾ ਜਿੰਨਾ ਚਿਰ ਪੁਲਿਸ ਨਹੀਂ ਆਉਂਦੀ। ਮੁੜ ਕੇ ਅਸੀਂ ਜਦੋਂ ਅਸੀਂ ਚੁੱਕਿਆ ਅਸੀਂ ਕਿਹਾ ਵੀ ਅਸੀਂ ਚੁੱਕਣ ਲੱਗੇ ਹਾਂ ਤਾਂ ਫਿਰ ਅਸੀਂ ਚੁੱਕਿਆ ਅਤੇ ਜਿਹਨੇ 'ਚ ਚੁੱਕਿਆ ਤਾਂ ਫਿਰ ਅਸੀਂ ਪੱਟੀ ਲੈ ਕੇ ਗਏ ਸੰਧੂ ਦੇ। ਸੰਧੂ ਵਾਲੇ ਮੈਂ ਕਿਹਾ ਵੀ ਖਤਮ ਹੋ ਗਿਆ। ਮੁੜ ਕੇ ਲੈ ਕੇ ਗਏ ਅਸੀਂ ਸਰਕਾਰੀ ਆ ਤਾਂ ਉਹਨਾਂ ਨੇ ਕਿਹਾ ਖਤਮ ਹੋ ਗਿਆ ਅਤੇ ਮੁੜ ਕੇ ਮਗਰ ਠੇਕੇਦਾਰ ਵੀ ਸਾਡੇ ਗੱਡੀ ਲੈ ਕੇ ਪਹੁੰਚ ਗਏ। ਸਰ ਇੱਕ ਜਿਹੜਾ ਦੇਰ ਰਾਤ ਸਭਰਾ ਵਿੱਚ ਕਤਲ ਹੋਇਆ ਅਤੇ ਕੀ ਮਾਮਲਾ ਸੀਗਾ ਅਤੇ ਕਿਸ ਨੂੰ ਲੈ ਕੇ ਆਇਆ? ਪਿੰਡ ਸਭਰਾ ਵਿਖੇ ਰਾਤ ਗੁਰਦਿਆਲ ਸਿੰਘ ਪੁੱਤਰ ਹਜ਼ਾਰਾ ਸਿੰਘ ਦਾ ਮਰਡਰ ਹੋਇਆ ਵਾ ਜਿਹੜਾ ਲੜਾਈ 'ਚ ਉਹਦੀ ਸੱਟ ਲੱਗਣ ਕਰਕੇ ਉਹਦੀ ਮੌਤ ਹੋ ਗਈ ਹੈ। ਉਹਨਾਂ ਦੇ ਬਿਆਨ ਹਾਸਲ ਕਰਕੇ ਅਤੇ ਕਾਰਵਾਈ ਕੀਤੀ ਜਾ ਰਹੀ ਆ। ਜਿਹੜੇ ਵੀ ਦੋਸ਼ੀ ਇਹ 'ਚ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਕੋਈ ਸਰ ਰੰਜਿਸ਼ ਵਜ੍ਹਾ ਪਤਾ ਲੱਗ ਸਕੀ ਅਜੇ ਤੱਕ? ਕੋਈ ਰੰਜਿਸ਼ ਇਹਨਾਂ ਦੀ ਕੋਈ ਪੁਰਾਣੀ 5-6 ਮਹੀਨੇ ਪਹਿਲਾਂ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੀਗਾ, ਬਟ ਉਹ ਦੁਬਾਰਾ ਫਿਰ ਕਹਿੰਦੇ ਸੀ ਉਸੇ ਰੰਜਿਸ਼ ਦੇ ਕਰਕੇ ਹੀ ਇਹਨਾਂ ਨੇ ਆਪੇ ਲੜਾਈ। ਕੋਈ ਅਰੈਸਟ ਹੋਇਆ ਸਰ ਬੰਦਾ ਹੁਣ ਤੱਕ? ਨਹੀਂ ਜੀ, ਕੋਈ ਅਰੈਸਟ ਨਹੀਂ। ਅਤੇ ਕੋਈ ਦੋਸ਼ੀਆਂ ਦਾ ਪਤਾ ਨਾਵਾਂ ਦਾ ਅਜੇ ਤੱਕ? ਨਾਵਾਂ ਦਾ ਪਤਾ ਉਹ ਜਿਹਨਾਂ ਦੇ ਕੇਸ ਲਿਖਾਉਣ ਕੇ ਸਟੇਟਮੈਂਟ ਲਿਖ ਰਹੇ ਹਾਂ ਤਾਂ ਉਹਨਾਂ ਨੂੰ ਬਿਆਨ ਲਿਖ ਕੇ ਵੀ ਕਰ ਰਹੇ ਹਾਂ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।